ਇਹੋ ਜਿਹਾ ਪ੍ਰੋਗਰਾਮ ਕਰਾਂਗੇ ਦੁਨੀਆ ਯਾਦ ਰੱਖੂ, ਐਟਮਾਂ ਗਿਣਦੇ ਗਿਣਦੇ ਥੱਕ ਜਾਣਗੇ, ਨਾਨੇ ਨੇ ਕਿਹੜਾ ਰੋਜ਼ ਰੋਜ਼ ਮਾਰਨਾ, ਡੀਜੇ ਵੀ ਲਾਵਾਂਗੇ ਤੇ ਮੱਸੀ ਵੀ ਚੱਲੂਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੁਝ ਦਿਨ ਪਹਿਲਾਂ ਨਿੱਕਾ ਜੈਲਦਾਰ 3 ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ, ਜਿਸ ਫਿਲਮ ਵਿੱਚ ਸਾਨੂੰ ਕੁਝ ਨਵੇਂ ਚਿਹਰੇ ਦੇਖਣ ਨੂੰ ਮਿਲੇ। ਉਹਨਾਂ ਵਿੱਚੋਂ ਇੱਕ ਹੈ ਜਗਦੀਪ ਰੰਧਾਵਾ, ਪਰ ਇਸ ਦੇ ਲਈ ਉਹਨਾਂ ਨੇ ਖੁਸ਼ ਤਾਂ ਕੀ ਹੋਣਾ ਸੀ, ਸਗੋਂ ਉਹ ਕਾਫੀ ਗੁੱਸੇ ਵਿੱਚ ਦਿਖਾਈ ਦਿੱਤੇ। ਬਾਈ, ਜੇ ਮੈਨੂੰ ਮੱਸੀ ਵਾਲਾ ਰੰਧਾਵਾ ਕਿਹਾ ਤਾਂ ਆਪਣੀ ਲੜਾਈ ਹੋ ਜੂ, ਮੈਂ ਮੇਰੀ ਗੱਲ ਸੁਣ ਲਓ। ਆਓ ਦੇਖਦੇ ਹਾਂ ਉਹਨਾਂ ਦੀ ਇਹ ਗੁੱਸੇ ਵਾਲੀ ਵੀਡੀਓ। ਪਰ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਤਰ੍ਹਾਂ ਦੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਬਾਈ, ਪਹਿਲਾਂ ਵੀ ਮੇਰੇ ਬਹੁਤ ਜ਼ਿਆਦਾ ਨਾਂ ਰੱਖੇ ਹੋਏ ਆ, ਸੋਡਾ ਰੰਧਾਵਾ ਗਰਦ ਠਾ ਦੇਂਗੇ, ਕੋਈ ਕਹੀ ਜਾਂਦਾ ਬਗਦਾਦੀ, ਤੇ ਆਹ ਨਵਾਂ ਹੁਣ ਪੰਗਾ ਹੋਰ ਖੜਾ ਕਰਤਾ ਨਿੱਕਾ ਜੈਲਦਾਰ 3 ਦਾ ਜਿਹੜਾ ਟ੍ਰੇਲਰ ਆਇਆ ਗਾ ਉਹਦੇ 'ਚ। ਠੀਕ ਹੈ, ਮੇਰਾ ਇੱਕ ਡਾਇਲੌਗ ਆ ਵੀ ਉਹ ਆਪਾਂ ਜਿਵੇਂ ਖੁਸ਼ੀ 'ਚ ਨਹੀਂ ਕਹਿ ਦਿੰਦੇ ਵੀ ਮੱਸੀ ਮੁੱਸੀ ਖਾਵਾਂਗੇ, ਮੱਸੀ ਬਣਾਵਾਂਗੇ, ਐਂ ਕਰਾਂਗੇ, ਉਹਦੇ 'ਚ ਮੱਸੀ ਵਾਲਾ ਯਾਰ ਮੈਂ ਉਹ ਕਹਿਤਾ, ਹੁਣ ਮੇਰਾ ਨਾ ਹੀ ਪਕਾਤਾ ਪਤੰਦਰਾਂ ਨੇ ਕਮੈਂਟਾਂ 'ਚ, ਮੈਂ ਸੋਚਿਆ ਫੋਨ 'ਤੇ ਮੈਨੂੰ ਮੱਸੀ ਵਾਲੀ ਕਹੀ ਜਾਂਦੇ ਆ, ਅਤੇ ਗੱਲ ਬਾਈ ਮੈਨੂੰ ਮੱਸੀ ਵਾਲਾ ਨਾ ਕਹੋ, ਫੇਰ ਨਾ ਕਹੋ ਬਈ ਆਪਣਾ ਪੰਗਾ ਖੜਾ ਹੋ ਗਿਆ ਮੱਸੀ ਵਾਲਾ, ਮੈਨੂੰ ਥੱਲੇ ਕਮੈਂਟ ਮੱਸੀ ਵਾਲਾ ਨਾ ਕਰੋ, ਕਿਉਂਕਿ ਪਹਿਲਾਂ ਹੀ ਮੇਰਾ ਨਾਂ ਸੋਡਾ ਰੰਧਾਵਾ ਗਰਦ ਖਾਣੇ ਬਗਦਾਦੀ, ਕੀ ਕੁਛ ਮੇਰਾ ਨਾਂ ਤੁਸੀਂ ਪਕਾਈ ਬੈਠੇ ਹੋ, ਆਹ ਮੱਸੀ ਵਾਲਾ ਪਕਾਤਾ। ਮੱਸੀ ਵਾਲਾ ਯਾਰ ਫਿਲਮ 'ਚ ਇੱਕ ਡਾਇਲੌਗ ਸੀ, ਉਹਦੇ 'ਚ ਯਾਰ ਆਪਾਂ ਕਹਿਤਾ ਕੀ ਕਿਹਾ, ਸਿਰਫ ਐਂ ਕਿਹਾ ਵੀ ਮੱਸੀ ਮੁੱਸੀ ਬਣਾਵਾਂਗੇ, ਐਂ ਕਰਾਂਗੇ, ਮੈਂ ਸਿਰਫ ਇਹ ਕਿਹਾ ਟ੍ਰੇਲਰ 'ਚ, ਪਰ ਇਹ ਗੱਲ ਥੋੜ੍ਹਾ ਕਹੀ ਸੀ ਮੈਂ, ਇਹ ਬਹੁਤ ਮਾੜੀ ਗੱਲ ਆ ਵੀਰੇ ਤੁਹਾਡੀ। ਕੱਲ੍ਹ ਦੇ ਲੱਗਿਆ ਯਾਰ ਟ੍ਰੇਲਰ, ਜਿਹਦੇ ਕੋਲ ਵੀ ਟ੍ਰੇਲਰ ਪਹੁੰਚਿਆ ਹਰ ਟ੍ਰੇਲਰ ਦੇਖ ਕੇ ਉਹਦੀ ਕਹਿੰਦੇ ਮੱਸੀ ਵਾਲਾ ਰੰਧਾਵਾ ਮੱਸੀ ਵਾਲਾ। ਬਾਈ, ਜੇ ਮੈਨੂੰ ਮੱਸੀ ਵਾਲਾ ਰੰਧਾਵਾ ਕਿਹਾ ਤਾਂ ਆਪਣੀ ਲੜਾਈ ਹੋ ਜੂ, ਮੈਂ ਮੇਰੀ ਗੱਲ ਸੁਣ ਲਓ, ਮੈਂ ਲੈਬ ਹੋ ਕੇ ਸਿੱਧਾ ਮੈਂ ਆੜੀ ਸਿੱਧਾ ਨਾਂ ਲੈ ਕੇ ਕਹੂੰ ਲੋਕਾਂ ਨੂੰ ਵੀ ਮੈਨੂੰ ਮੱਸੀ ਵਾਲਾ ਕਹਿੰਦਾ, ਮੱਸੀ ਵਾਲਾ ਮੱਸੀ ਵਾਲਾ ਕਿੱਡੀ ਗੱਲ ਯਾਰ, ਮੱਸੀ ਵਾਲਾ ਊਂ ਕਹਿਤਾ ਮੈਂ ਨਾ ਹੀ ਪਕਾਤਾ ਪਤੰਦਰਾਂ ਨੇ ਵੀ ਮੱਸੀ ਵਾਲਾ ਰੰਧਾਵਾ ਮੱਸੀ ਵਾਲਾ। ਫਿਲਮ 'ਚ ਡਾਇਲੌਗ ਸੀ ਬੋਲਤਾ, ਹਜੇ ਤਾਂ ਤੁਸੀਂ ਟ੍ਰੇਲਰ ਦੇਖਿਆ ਗਾ ਫਿਲਮ ਦਾ ਨਿੱਕਾ ਚੱਲਦਾ 3 ਦਾ, ਜਦੋਂ 20 ਤਰੀਕ ਨੂੰ ਤੁਸੀਂ ਸਿਨੇਮਿਆਂ 'ਚ ਜਾਓਗੇ, ਜਦੋਂ ਤੁਸੀਂ 20 ਤਰੀਕ ਨੂੰ ਸਿਨੇਮਾ 'ਚ ਜਾਓਗੇ ਫਿਰ ਤੁਹਾਡਾ ਕੀ ਬਣੂਗਾ, ਉੱਥੇ ਤਾਂ ਫਿਰ ਮੈਂ ਬਾਹਲੇ ਡਾਇਲੌਗ ਬੋਲੇ ਹੋਏ ਆ। ਨਿੱਕਾ ਚੱਲਦਾ 3 ਫਿਲਮ 'ਚ ਤੁਹਾਨੂੰ ਪਤਾ ਹੀ ਆ, ਇਹਦਾ ਮੇਰਾ ਟ੍ਰੇਲਰ ਹੀ ਦੇਖਿਆ, ਹਜੇ 20 ਤਰੀਕ ਨੂੰ ਜਦੋਂ ਤੁਸੀਂ ਸਿਨੇਮਾ 'ਚ ਜਾਣਾ ਤੇ ਉਦੋਂ ਕੀ ਬਣੂਗਾ, ਤੁਸੀਂ ਤਾਂ ਮੇਰਾ ਨਾਂ ਹੁਣੀ ਪਕਾਤਾ ਯਾਰ, ਜੇ ਸਾਰੀ ਫਿਲਮ ਦੇਖ ਲਈ ਮੈਂ ਨਹੀਂ ਪਤਾ ਮੇਰਾ 100 ਨਾਂ ਰੱਖ ਦਿਓ ਅੜੀ, ਮੈਂ ਸਿੱਧੀ ਗੱਲ ਆ ਮੈਂ ਲੈਬ ਹੋ ਕੇ ਅੜੀ, ਫਿਰ ਨਾ ਕਹੋ ਵੀ ਕਿਸੇ ਨੂੰ ਗਲਤ ਬੋਲਤਾ ਇਹਨੇ, ਮੈਨੂੰ ਮੱਸੀ ਵਾਲਾ ਨਾ ਕਹੋ, ਠੀਕ ਹੈ। ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਆਖਿਰਕਾਰ ਇੱਕ ਡਾਇਲੌਗ ਹੀ ਬਣ ਗਿਆ ਜਗਦੀਪ ਰੰਧਾਵਾ ਦੇ ਗੁੱਸੇ ਦਾ ਕਾਰਨ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਤਾਂ ਤੁਸੀਂ ਮੇਰਾ ਇੱਕ ਨਾਮ ਰੱਖਿਆ ਹੈ ਮੱਸੀ ਵਾਲਾ ਰੰਧਾਵਾ, ਪਰ ਪੂਰੀ ਫਿਲਮ ਦੇਖ ਕੇ ਤਾਂ ਮੇਰੇ ਪਤਾ ਨਹੀਂ ਕਿੰਨੇ ਕੁ ਨਾਮ ਰੱਖ ਦੇਵੋਗੇ। ਤੁਸੀਂ ਇਸ ਬਾਰੇ ਆਪਣੇ ਕਮੈਂਟ ਕਰ ਜ਼ਰੂਰ ਦੱਸਿਓ ਕਿ ਜਗਦੀਪ ਰੰਧਾਵਾ ਨੂੰ ਇਹ ਕਹਿਣਾ ਠੀਕ ਹੈ ਜਾਂ ਨਹੀਂ। ਇਸ ਦੇ ਨਾਲ ਹੀ ਇਜਾਜ਼ਤ ਦਿਓ ਤੇ ਇਸੇ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਣੀ ਮੋਬਾਈਲ ਸਕਰੀਨ ਤੇ ਪਾਉਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ। ਮੈਂਗੋ ਸ਼ੇਕਾ ਸ਼ੇਰ ਬਣ ਕੇ ਪੀਆ, ਕਿਹੜੇ ਮੇਰੇ ਸਾਲੇ ਨੇ ਸਿਆਲਾਂ ਦੇ ਮੈਂਗੋ ਲਾਇਆ, ਮੈਂ ਨਹੀਂ ਪੀਂਦਾ, ਮੇਰੇ ਸਾਲਿਆਂ ਨੂੰ ਮੈਂ ਪੀਜ਼ਾ ਖਾਊਂਗਾ, ਪੀਜ਼ਾ ਲੈ ਕੇ ਦਿਓ ਮੈਨੂੰ, ਹਾਲੇ ਮੈਕਡੋਨਲਡ ਦਾ ਬਰਗਰ ਲਿਆ ਦਿਓ ਮੈਨੂੰ, ਨਹੀਂ ਤਾਂ ਤੁਹਾਡੇ ਕੰਟੇ ਕੱਟੀਆਂ ਚਲਾ ਕੇ